ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ Chandrayaan ਦੀ ਤੂੰ ਪੂਰੇ ਦੇਸ਼ ਵਿੱਚ ਹੈ। ਨਵੀਂ ਦਿੱਲੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਫਲਤਾ ਸਾਡੇ ਦੇਸ਼ ਵਿਗਿਆਨੀਆਂ ਤੇ ਨੌਜਵਾਨਾਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਇਹ ਨਵੇਂ ਭਾਰਤ ਦੀ ਪਛਾਣ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ ਇੱਕ ਸ਼ੁਰੂਆਤ ਹੈ। ਪਹਿਲਾਂ ਮੰਗਿਆਨ, ਫਿਰ Chandrayaan ਤੇ ਹੁਣ ਸੂਰਜ ਅਤੇ ਸ਼ੁਕਰ ਤੇ ਵੀ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਰ ਤਿੰਨ ਦੇਸ਼ ਪਹਿਲੇ ਕਰ ਪਾਏ تھے۔ वो चंद्रयान मिशन सफल करके भारत दुनिया का चौथा देश बन गया है लेकिन साउथ पोल पर विक्रम लैंडर का उतरना ये अपने आप में दुनिया में पहली बार किसी देश ने किया है तो हमारे भारत ने किया है